ਰਾਤ ਨੂੰ ਮਹਿਲਾਵਾਂ ਆਉਂਦੀਆਂ ਨੇ ਗਿਰੋਹ ਬਣਾ ਕੇ, ਫਿਰ ਗੋਦਾਮਾਂ 'ਚ ਕਰ ਜਾਂਦੀਆਂ ਨੇ ਵੱਡੀਆਂ ਵਾਰਦਾਤਾਂ। ਸੀਸੀਟੀਵੀ ਕੈਮਰੇ ਦੇ ਵਿੱਚ ਗਿਰੋਹ ਹੋਇਆ ਕੈਦ। ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਲਾਵਾਂ ਗਿਰੋਹ ਦੇ ਵਿੱਚ ਰਾਤ ਨੂੰ ਆਉਂਦੀਆਂ ਨੇ। ਤਾਂ ਇਹਨਾਂ ਦੇ ਵੱਲੋਂ ਫਿਰ ਇੱਕ ਗੋਦਾਮ ਨੂੰ ਨਿਸ਼ਾਨਾ ਬਣਾਇਆ ਜਾਂਦਾ, ਜਿਸ ਤੋਂ ਬਾਅਦ ਉਸਦਾ ਸ਼ਟਰ ਤੋੜ ਕੇ ਇਹਨਾਂ ਦੇ ਵੱਲੋਂ ਉਸਦੇ ਵਿੱਚੋਂ 7 ਬੋਰੀਆਂ ਚੋਰੀ ਕੀਤੀਆਂ ਗਈਆਂ ਨੇ, ਜਿਸ ਤੋਂ ਬਾਅਦ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਬੋਰਿਆਂ ਦੇ ਵਿੱਚ ਨਟ ਬੋਲਟ ਸੀ, ਤਾਂ ਨਟ ਬੋਲਟ ਦੇ ਕਰੀਬ 7 ਬੋਰੇ ਇਹਨਾਂ ਦੇ ਵੱਲੋਂ ਚੋਰੀ ਕੀਤੇ ਗਏ ਹੈ। ਤਾਂ ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਰਾਤ ਸਮੇਂ ਇੱਕ ਮਹਿਲਾਵਾਂ ਦਾ ਗਿਰੋਹ ਐਕਟਿਵ ਸੀ, ਤਾਂ ਇਹਨਾਂ ਦੇ ਵੱਲੋਂ ਇੱਕ ਗੋਦਾਮ ਦੇ ਵਿੱਚ ਚੋਰੀ ਕੀਤੀ ਗਈ ਹੈ। ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਪਹਿਲਾਂ ਇਹ 4 ਤੋਂ 5 ਗਿਰੋਹ ਦੀਆਂ ਮੈਂਬਰ ਹੁੰਦੀਆਂ ਨੇ, ਜੋ ਕਿ ਆਪਣਾ ਮੂੰਹ ਢੱਕ ਕੇ ਇੱਕ ਗੋਦਾਮ ਦੇ ਕੋਲ ਆਉਂਦੀਆਂ ਨੇ, ਅਤੇ ਫਿਰ ਇਹਨਾਂ ਦੇ ਵੱਲੋਂ ਸ਼ਟਰ ਨੂੰ ਤੋੜਿਆ ਜਾਂਦਾ, ਜਿਸ ਤੋਂ ਬਾਅਦ ਇਹ ਉਸਦੇ ਹੇਠੋਂ ਨਟ ਬੋਲਟ ਦੇ ਕਰੀਬ 7 ਬੋਰੇ ਚੁੱਕਦੀਆਂ ਨੇ, ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੀਆਂ ਨੇ। ਜਿਸ ਤੋਂ ਬਾਅਦ ਇਹ ਸੀਸੀਟੀਵੀ ਵੀਡੀਓ ਸਾਹਮਣੇ ਆਈ, ਤਾਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਹੁਤ ਧੰਨਵਾਦ ਆ ਪੰਜਾਬ ਪੁਲਿਸ ਦੇ ਅਧਿਕਾਰੀ ਦਾ, ਬਹੁਤ ਧੰਨਵਾਦ ਆ ਪ੍ਰਸ਼ਾਸਨ ਦੀਆਂ, ਪੁਲਿਸ ਦੀਆਂ ਡੈਜੀਨੇਸ਼ਨਾਂ ਦੀਆਂ, ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਸੁਣ ਕੇ, ਵਪਾਰੀਆਂ ਦੀ ਖਾਸ ਸਾਡੀ ਵਪਾਰੀਆਂ ਦੀ ਆਵਾਜ਼ ਨੂੰ ਸੁਣਿਆ। ਵਪਾਰੀਆਂ ਦੀਆਂ ਜੋ ਚੋਰੀਆਂ ਹੋ ਰਹੀਆਂ, ਵਪਾਰੀ ਟੈਕਸ ਪੇ ਹੀ ਹੈ, ਜੇ ਵਪਾਰੀ ਬੜੀ ਮਿਹਨਤ ਕਰਕੇ ਗੌਰਮੈਂਟ ਦੇ ਰੈਵਨਿਊ ਦੇ ਵਿੱਚ ਹਿੱਸਾ ਪਾਉਂਦਾ, ਅਤੇ ਉਹਦੀਆਂ ਚੋਰੀਆਂ ਹੋਣਗੀਆਂ, ਉਹਦਾ ਮਾਲ ਰਿਕਵਰ ਨਹੀਂ ਹੋਊਗਾ, ਅਤੇ ਵਪਾਰੀ ਕਿੱਥੋਂ ਹਿੱਸਾ ਪਾਊਗਾ। ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ, ਔਰ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਆ, ਜਿਨ੍ਹਾਂ ਨੇ ਇਸ ਚੋਰੀ ਦੇ ਜਾਂ ਚੋਰਾਂ ਨੂੰ ਜਿਨ੍ਹਾਂ ਨੂੰ ਵੀ ਹੱਲ ਕਰਨ ਦੇ ਲਈ ਯੋਗਦਾਨ ਦਿੱਤਾ। ਇੰਡਸਟਰੀ ਨੂੰ ਬਹੁਤ ਲਾਭ ਮਿਲੂਗਾ। ਅਜੇ ਤਾਂ ਅਸੀਂ ਛੋਟੇ ਜਿਹੇ ਇੱਕ ਡੈਜੀਨੇਸ਼ਨ 'ਤੇ ਕੰਮ ਕਰ ਰਹੇ ਹਾਂ ਸਰਕਾਰ ਦੇ ਵਿੱਚ, ਹੋਰ ਜਿਹੜੇ ਗਰੋਹ ਨੇ ਅਸੀਂ ਉਹਨਾਂ ਦੇ ਮਗਰ ਲੱਗੇ ਹਾਂ। ਤੁਹਾਡੇ ਸਾਹਮਣੇ ਆ ਪਿੱਛੇ ਜੇ ਮੇਰੇ ਕੋਲ ਖਬਰ ਆਈ ਆ, ਪੰਪ ਲੁੱਟ ਦੀ ਡਕੈਤੀ ਹੋਈ, ਪੰਪ ਲੁੱਟਿਆ ਗਿਆ, ਅਤੇ ਉਹਦੇ ਬਾਰੇ ਵੀ ਤੁਸੀਂ ਚੈਨਲਸ ਦੇ ਵਿੱਚ ਬੜੀ ਜਲਦੀ ਹੁਣ ਦੇਖੋਗੇ ਜੇ ਪੰਪ ਦੀ ਲੁੱਟ ਹੋਈ ਅਤੇ ਕਿਉਂ ਹੋਈ, ਉਹ ਵੀ ਤੁਹਾਡੇ ਸਾਹਮਣੇ ਆਊਗਾ। ਸਹਿਯੋਗ ਤਾਂ ਯੂਨੀਅਨ ਨਾਲ ਲੱਗੀਆਂ ਕਾਫੀ ਇਹਨਾਂ ਦੇ, ਮਗਰ ਅਸੀਂ ਤਾਂ ਇੱਕ ਆਵਾਜ਼ ਹੀ ਬਣੇ ਹਾਂ, ਅਤੇ ਸਾਡੀ ਆਵਾਜ਼ 'ਤੇ ਕੰਮ ਹੋਇਆ ਉਹਨਾਂ ਐਸੋਸੀਏਸ਼ਨ ਨਾਲ। ਇਹ ਸਰ ਇੱਦਾਂ ਵਾ ਵੀ ਇਹ ਜਾਨੀਆਂ ਜਿਹੜੀਆਂ ਵਾ ਇੱਕ ਵਾਰਡ ਚੁੱਕਣ ਵਾਲੀਆਂ, ਵਿਧੀ 3-4-9 ਦੀ ਦਰਮਿਆਨੀ ਰਾਤ ਨੂੰ ਇਹ 5 ਔਰਤਾਂ ਨੇ ਰਾਤ ਸਮੇਂ ਮੁਰਾਦਪੁਰਾ ਇੰਟਰਨੈਸ਼ਨਲ ਐਕਸਪੋਰਟ ਫਾਰ ਇੰਡਸਟਰੀ ਹੈ, ਉਹਦੇ ਸ਼ਟਰ ਪੱਟ ਕੇ ਅੰਦਰੋਂ 7 ਬੋਰੇ ਨਟ ਬੋਲਟਾਂ ਦੀ ਚੋਰੀ ਕੀਤੇ ਸੀਗੇ, ਜਿਹਦੇ ਸੰਬੰਧੀ ਵੀਡੀਓ ਵੀ ਵਾਇਰਲ ਹੋਈ ਸੀਗੀ, ਤੁਸੀਂ ਦੇਖਿਆ ਸੀ। ਅਸੀਂ ਇਸ ਸੰਬੰਧੀ FIR ਦਰਜ ਕਰਕੇ ਇਹ ਔਰਤਾਂ ਨੂੰ ਟਰੇਸ ਕਰਕੇ ਇਹਨਾਂ ਵਿੱਚੋਂ 4 ਔਰਤਾਂ ਫੜ ਲਈਆਂ, ਅਤੇ 7 ਦੇ 7 ਹੀ ਬੋਰੇ ਬਰਾਮਦ ਕਰ ਲਏ, ਇਹਨਾਂ 'ਚੋਂ ਇੱਕ ਫੜਨ ਵਾਲੀ ਹੈ, ਜਿਹਨਾਂ ਨੂੰ ਅਸੀਂ ਅੱਜ ਪੇਸ਼ ਅਦਾਲਤ ਕਰਨਾ ਵਾ। ਸਰ ਇਸ ਸੰਬੰਧੀ ਜਿਹੜੀ ਇਹ ਵਾਲੀ ਚੋਰੀ ਕੀਤੀ ਸੀ, ਇਸ ਸੰਬੰਧੀ ਇਹਦੀ ਪੂਰੀ ਰਿਕਵਰੀ ਹੋ ਚੁੱਕੀ ਹੈ, ਬਾਕੀ ਪੁੱਛਗਿੱਛ ਜਾਰੀ ਹੈ। ਜੋ ਅਗਰ ਇਹਨਾਂ ਨੇ ਹੋਰ ਵੀ ਅਡਜਸਟਮੈਂਟ ਕੀਤੀਆਂ ਹੋਣਗੀਆਂ ਅਤੇ ਉਹ ਪੁੱਛਗਿੱਛ ਦੌਰਾਨ ਆਈ ਤਾਂ ਗੱਲ ਉਹ ਜ਼ਰੂਰ ਦੱਸਾਂਗੇ ਤੁਹਾਨੂੰ। ਇਹਦੇ ਵਿੱਚ ਇੱਕ ਦੀ ਗ੍ਰਿਫਤਾਰੀ ਬਾਕੀ ਆ, ਇਹ 4 ਫੜੀਆਂ ਗਈਆਂ। ਸਰ ਗੱਲ ਕਰੀਏ ਪਹਿਲਾਂ ਮਾਮਲੇ ਪਿਛਲੇ ਸਾਲ ਵੀ ਆਪਾਂ ਗੱਲ ਕਰੀ, ਉਦੋਂ 2 ਜਿਹੜੇ ਇੰਡਸਟਰੀ ਇਹਨਾਂ ਚੋਰੀ ਵੇਲੇ ਕੀਤੀ, ਉਹ ਵੀ ਗਰੋਹ ਜੀ ਹੋਰ ਗਰੋਹ ਹੋ ਰਹੇ? ਨਹੀਂ, ਇਹ ਲੜਕੀਆਂ ਹੋਰ ਨੇ ਜੀ, ਇਹਨਾਂ ਦੇ ਉਹ ਵਾਲੀਆਂ ਨਹੀਂ ਪੈ ਸਕਦੀਆਂ। ਇਹ ਸਾਰੀਆਂ ਜਿੰਨੀਆਂ ਵੀ ਇਹ ਧੱਕਾ ਕਲੋਨੀ, ਇਹ ਦੁਗਰੀ ਰੋਡ 'ਤੇ ਧੱਕਾ ਕਲੋਨੀ ਜਿਹੜੀ ਬਣੀ ਹੋਈ ਆ, ਉੱਥੇ ਦੀਆਂ ਰਹਿਣ ਵਾਲੀਆਂ ਨੇ। ਸਰ ਪਿਛਲੇ ਦਿਨਾਂ ਦੇ ਵਿੱਚ ਕੋਈ ਡੇਢ ਦਿਨ ਚੋਰੀ ਹੋਈ ਸੀ ਖਾਲੀ ਕੋਠੇ ਦੇ ਵਿੱਚ, ਉਹਨਾਂ ਦੇ ਨਾਲ ਤਾਂ ਨਹੀਂ, ਇਹਨਾਂ ਦਾ ਕੋਈ ਸੰਬੰਧ ਨਹੀਂ? ਸਰ ਉਹਨਾਂ ਦੇ ਨਾਲ ਨਹੀਂ।
ਬਾਕੀ ਜਿਹੜੀ ਇਹਨਾਂ ਕੋਲ ਕੰਪਲੀਟ ਪੁੱਛਗਿੱਛ ਹੋਰ ਚੱਲ ਰਹੀ ਹੈ, ਅਸੀਂ ਪੁਲਿਸ ਰਿਮਾਂਡ ਲੈ ਕੇ ਹੋਰ ਚੰਗੀ ਤਰ੍ਹਾਂ ਬਰੀਫ ਨਾਲ ਪੁੱਛਗਿੱਛ ਕਰਾਂਗੇ, ਬਟ ਹਲੇ ਤੱਕ ਇੱਦਾਂ ਦੀ ਕੋਈ ਗੱਲਬਾਤ ਸਾਹਮਣੇ ਨਹੀਂ। ਹਾਂਜੀ, ਜਿਹੜੀ ਟੋਟਲ ਇਹਨਾਂ ਦੀ ਚੋਰੀ ਸੀ ਉਹ ਰਿਕਵਰ ਹੋ ਚੁੱਕੀ ਹੈ। ਇਹ ਸਾਰੀਆਂ ਇੱਕੋ ਹੀ ਜਗ੍ਹਾ ਦੀਆਂ ਰਹਿਣ ਵਾਲੀਆਂ, ਇਹ ਕਬਾੜ ਵਗੈਰਾ ਚੁੱਕਦੀਆਂ ਨੇ, ਸਾਰੀਆਂ ਇਕੱਠੀਆਂ ਇੱਕੋ ਹੀ ਜਗ੍ਹਾ ਰਹਿੰਦੀਆਂ ਨੇ, ਸਾਰੀਆਂ ਸਾਰੇ ਪਿੱਛੇ ਰਾਜਸਥਾਨ ਦੀਆਂ ਰਹਿਣ ਵਾਲੀਆਂ ਨੇ। ਦੇਖੋ ਸਰ, ਜਿਹੜੇ ਇੰਡਸਟਰੀਅਲ ਆ ਉਹਨਾਂ ਨੂੰ ਸੇਫ ਚਾਹੀਦੀ ਹੁੰਦੀ ਹੈ, ਉਹਨਾਂ ਨੂੰ ਸਿਕਿਉਰਿਟੀ ਜਿਹੜੀ ਨਾਈਟ ਸਮੇਂ, ਜਿਸ ਤਰ੍ਹਾਂ ਸਾਡੇ ਏਰੀਏ ਦੇ ਵਿੱਚ ਮੈਕਸੀਮਮ ਬਹੁਤ ਘੱਟ ਜਿਹੜੇ ਇਹਨਾਂ ਨੇ ਚੌਕੀਦਾਰ ਵਗੈਰਾ ਰੱਖੇ ਹੁੰਦੇ ਨੇ, ਔਰ ਆਲ ਓਵਰ ਇੰਡਸਟਰੀ ਵਾਲੇ ਬੰਦ ਕਰਕੇ ਉਹ ਪੁਲਿਸ ਦੇ ਆਸਰੇ ਹੀ ਚਲੇ ਜਾਂਦੇ ਨੇ। ਇਸ ਤਰ੍ਹਾਂ ਦੀਆਂ ਘਟਨਾ ਜਦੋਂ ਹੁੰਦੀਆਂ ਨੇ ਤਾਂ ਟਰੇਸ ਹੋ ਜਾਂਦੀਆਂ ਨੇ, ਅਤੇ ਉਹਨਾਂ ਨੂੰ ਕਾਫ਼ੀ ਉਤਸ਼ਾਹ ਮਿਲਦਾ ਇਹਦੇ ਨਾਲ, ਅਤੇ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਸੌਖ ਆਉਂਦੀ ਹੈ ਜੀ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਵੀ ਇੱਦਾਂ ਦੀ ਕੋਈ ਪ੍ਰੋਬਲਮ ਨਾ ਆਵੇ।